ਗੁੱਡ ਮਾਰਨਿੰਗ ਐਵਰੀਬਡੀ, ਕਿਵੇਂ ਤੁਸੀਂ ਸਾਰੇ ਨੇ? ਮੈਂ ਹਾਂ ਅਮਿਤ, ਸਭ ਦਾ ਪਾਠਸ਼ਾਲਾ 'ਤੇ ਬਹੁਤ ਬਹੁਤ ਸਵਾਗਤ ਕਰਦਾ। ਸੋ ਅੱਜ ਹੈਗੇ ਨੇ 4 ਜੁਲਾਈ 2024 ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰਸ ਤੁਹਾਡੇ ਸਾਰਿਆਂ ਸਾਹਮਣੇ। ਸਟੈਟਿਕ GK ਵੀ ਨਾਲ ਨਾਲ ਕਵਰ ਕਰਾਂਗੇ ਅਤੇ ਕੁਛ ਇੰਟਰਸਟਿੰਗ ਜਿਹੇ ਫੈਕਟਸ, ਇੰਟਰਸਟਿੰਗ ਜਿਹੇ ਪੁਆਇੰਟਸ ਅੱਜ ਕਵਰ ਕਰਨ ਵਾਲੇ ਹਾਂ। ਸੋ ਧਿਆਨ ਨਾਲ ਜ਼ਰੂਰ ਬਣੇ ਰਹੋ ਐਂਡ ਤੱਕ। ਜਿਹੜੇ ਬੱਚੇ ਪਹਿਲੀ ਵਾਰੀ ਚੈਨਲ 'ਤੇ ਆਏ ਨੇ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ। ਅਤੇ ਲਾਸਟ ਦੇ ਉੱਤੇ ਕੁਸ਼ਚਨ ਆਫ ਦਾ ਡੇ ਵੀ ਪੁੱਛਿਆ ਜਾਊਗਾ, MCQ ਵੀ ਕਰਾਂਗੇ, ਜੋ ਕੁਸ਼ਚਨ ਪੁੱਛਿਆ ਸੀਗਾ ਉਹਦਾ ਆਨਸਰ ਵੀ ਆਪਾਂ ਦੇਣ ਵਾਲੇ ਹਾਂ, ਡਿਸਕਸ ਕਰਨ ਵਾਲੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਡਿਸਕਸ਼ਨ ਆਫ ਦਾ ਲਾਸਟ ਡੇ ਕੁਸ਼ਚਨ। ਸੋ ਡਿਸਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਆਪਾਂ ਲਾਸਟ ਡੇ ਕੁਸ਼ਚਨ ਪੁੱਛਿਆ ਸੀ ਉਹ ਹੈ ਕੀ ਸੀ, ਵਿਚ ਟੀਮ ਵੌਨ ਦਾ 9ਵੇਂ ਨੰਬਰ ਦਾ ICC ਮੈਨਸ T20 ਵਰਲਡ ਕੱਪ ਹੈ ਜਿਹੜਾ, ਇਹ ਮੈਂ ਤੁਹਾਨੂੰ ਬੋਲਿਆ ਹੀ ਸੀਗਾ ਕਿ ਤੁਹਾਨੂੰ ਦੱਸਣ ਦੀ ਲੋੜ ਹੈ ਨਹੀਂ ਵੈਸੇ, ਲੇਕਿਨ ਫਿਰ ਵੀ ਇੱਕ ਕੁਸ਼ਚਨ ਸੀਗਾ, ਥੋੜ੍ਹਾ ਜਿਹਾ ਡਿਟੇਲ 'ਚ ਮੈਂ ਦੱਸਣਾ ਮੇਰਾ ਫਰਜ਼ ਹੈ। ਕਿਹੜੀ ਟੀਮ ਨੇ ਦੱਖਣੀ ਅਫਰੀਕਾ ਦੀ ਟੀਮ ਨੂੰ ਹਰਾ ਕੇ 9ਵਾਂ ICC ਪੁਰਸ਼ T20 ਵਿਸ਼ਵ ਕੱਪ ਜਿਹੜਾ ਹੈ ਉਹ ਜਿੱਤਿਆ? ਸੋ ਆਨਸਰ ਆਜੂਗਾ ਜੀ ਇੰਡੀਆ, ਸਾਡਾ ਭਾਰਤ ਮਹਾਨ। ਸੋ ਵਰਲਡ ਕੱਪ ਜਿੱਤਣ ਵਾਲੀ ਹੈਗੀ ਹੈ ਟੀਮ ਜੋ ਲੀਡ ਕਰ ਰਹੇ ਸੀਗੇ ਰੋਹਿਤ ਸ਼ਰਮਾ ਜੀ, ਇਸ ਦੇ ਕੈਪਟਨ ਸੀਗੇ ਇਸ ਟੀਮ ਦੇ। ਸੋ ਇਹਨਾਂ ਨੇ ਟੀਮ ਨੂੰ ਲੀਡ ਕੀਤਾ, ਨਾਲ ਵਿਰਾਟ ਕੋਹਲੀ, ਰਵਿੰਦਰ ਜਡੇਜਾ ਐਂਡ ਆਲ ਜਿਹੜੇ ਵੀ ਲੋਕ ਸੀਗੇ, ਜਿਹੜੇ ਵੀ ਇਸ ਦੇ ਵਿੱਚ ਪਲੇਅਰ ਸੀਗੇ, ਸਭ ਨੇ ਬਹੁਤ ਵਧੀਆ ਸਾਥ ਦਿੱਤਾ ਔਰ ਸਾਡੇ ਇੰਡੀਆ ਨੇ ਵੀ ਸਾਡਾ ਬਹੁਤ ਵਧੀਆ ਸਾਥ ਦਿੱਤਾ। ਸੋ 2007 ਦੇ ਵਿੱਚ ਜਿੱਤਣ ਤੋਂ ਬਾਅਦ ਇਹ ਇਹਨਾਂ ਦਾ ਇੰਡੀਆ ਦਾ ਦੂਜਾ T20 ਵਰਲਡ ਕੱਪ ਸੀਗਾ ਜਿਹੜਾ ਆਪਣੇ ਕੱਪ ਜਿੱਤ ਲਿਆ ਸੀ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਹਾਂ ਕੋਚ ਸਾਹਿਬ ਦੀ, ਸੋ ਰਾਹੁਲ ਦ੍ਰਾਵਿੜ ਜਿਹੜੇ ਇਹਨਾਂ ਦੇ ਕੋਚ ਸੀਗੇ ਇਸ ਟੀਮ ਦੇ, ਇਹ ਵੀ ਤੁਸੀਂ ਧਿਆਨ 'ਚ ਰੱਖਣਾ, ਠੀਕ ਹੈ ਜੀ। ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਵਿੰਦਰ ਜਡੇਜਾ, ਇਹ ਤਿੰਨੋਂ ਜਿਹੜੇ ਕੀ ਨੇ ਆਪਣੀ ਰਿਟਾਇਰਮੈਂਟ ਇਹਨਾਂ ਨੇ ਘੋਸ਼ਿਤ ਕਰ ਦਿੱਤੀ ਹੈ, ਇਹ ਸੀਗੇ ਜੀ ਇਸਦਾ ਆਨਸਰ। ਨੈਕਸਟ ਚੱਲਦੇ ਹਾਂ ਇੰਟਰਨੈਸ਼ਨਲ ਪਲਾਸਟਿਕ ਬੈਗ ਫਰੀ ਡੇ। ਸੋ ਪਲਾਸਟਿਕ ਬੈਗ ਫਰੀ ਡੇ ਜਿਹੜਾ ਦਿਵਸ ਹੈ ਉਹ ਕੀ ਹੈ? ਜਿਹੜੇ ਵੀ ਪਲਾਸਟਿਕ ਹੈ ਉਹਨੂੰ ਆਪਾਂ ਨੋ ਕਹਿਣਾ। ਸੋ ਇਹ ਦਿਨ ਆਪਾਂ ਕਦੋਂ ਮਨਾਉਂਦੇ ਹਾਂ? ਇਹ ਆਪਾਂ 3rd July ਨੂੰ ਹਰ ਸਾਲ ਮਨਾਉਂਦੇ ਹਾਂ। ਇੰਟਰਨੈਸ਼ਨਲ ਲੈਵਲ ਦੇ ਉੱਤੇ ਪਲਾਸਟਿਕ ਹੈ ਜਿਹੜੀ ਉਹ ਕਿਤੇ ਨਾ ਕਿਤੇ ਬਹੁਤ ਯੂਸਫੁਲ ਹੈ, ਲੇਕਿਨ ਕੀ ਹੈ ਉਹਦਾ ਵੇਸਟ ਮਟੀਰੀਅਲ ਜਦੋਂ ਬਣ ਜਾਂਦੀ ਹੈ ਤਾਂ ਉਹ ਇੱਕ ਕੰਮ ਦੀ ਚੀਜ਼ ਨਹੀਂ ਰਹਿੰਦੀ ਔਰ ਸਾਰੇ ਪਾਸੇ ਪੋਲਿਊਟ ਕਰਦੀ ਹੈ ਇਨਵਾਇਰਮੈਂਟ ਨੂੰ। ਸੋ ਸਾਡਾ ਪੋਲਿਊਸ਼ਨ ਆ ਜਿਹੜਾ ਹੋ ਰਿਹਾ ਇਨਵਾਇਰਮੈਂਟ 'ਤੇ, ਉਹਨੂੰ ਘੱਟ ਕਰਨ ਲਈ ਅਸੀਂ ਪਲਾਸਟਿਕ ਬੈਗਸ ਆ ਜਿਹੜਾ ਉਹਦੀ ਉਪਯੋਗ ਹੈ ਜਿਹੜਾ ਉਹ ਘੱਟ ਕਰਨਾ। ਸੋ ਰੇਜ਼ ਦਾ ਅਵੇਅਰਨੈਸ ਅਬਾਊਟ ਦਾ ਹਾਰਮਫੁਲ ਇਫੈਕਟਸ ਆਫ ਦਾ ਪਲਾਸਟਿਕ ਬੈਗਸ ਔਨ ਅਵਰ ਇਨਵਾਇਰਮੈਂਟ, ਰਾਈਟ। ਸੋ ਆਪਾਂ ਨੇ ਇਨਵਾਇਰਮੈਂਟ ਨੂੰ ਈਕੋ ਫਰੈਂਡਲੀ ਬਣਾਉਣਾ ਹੈ, ਇਹਦੇ ਕੋਈ ਵੱਖਰੇ ਜਿਵੇਂ ਕਿ ਜੂਟ ਦਾ ਬੈਗ ਹੋ ਗਿਆ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੋ ਗਈਆਂ ਜਿਹਦੇ ਵਿੱਚ ਆਪਾਂ ਪਲਾਸਟਿਕ ਯੂਜ਼ ਨਾ ਕਰੀਏ ਤਾਂ ਉਹਦਾ ਆਪਾਂ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨਾ। ਇਹਦਾ ਮਤਲਬ ਕੀ ਹੈ? ਮਿਨੀਮਾਈਜ਼ ਕਰਨਾ ਯੂਜ਼ ਆਫ ਸਿੰਗਲ ਯੂਜ਼ ਪਲਾਸਟਿਕ ਲਾਈਕ ਪਲਾਸਟਿਕ ਬੈਗ। ਸੋ ਸਿੰਗਲ ਯੂਜ਼ ਦਾ ਮਤਲਬ ਕੀ ਹੈ ਕਿ ਇੱਕ ਵਾਰੀ ਆਪਾਂ ਨੇ ਯੂਜ਼ ਕੀਤਾ ਉਹਨੂੰ ਥਰੋ ਕਰਤਾ, ਅਤੇ ਉਹ ਜਦੋਂ ਥਰੋ ਕਰਦਾ ਤਾਂ ਉਹ ਇੱਧਰ ਉੱਧਰ ਘੁੰਮਦਾ, ਠੀਕ ਹੈ, ਤੁਹਾਨੂੰ ਪਤਾ ਹੀ ਹੈ ਹਵਾਵਾਂ ਦੇ ਵਿੱਚ ਉੱਡਦਾ ਰਹਿੰਦਾ ਇੱਧਰ ਉੱਧਰ, ਅੱਜ ਕੱਲ੍ਹ ਤਾਂ ਹਨੇਰੀਆਂ ਦਾ ਮੌਸਮ ਹੈ। ਸੋ ਉਹ ਈਕੋਸਿਸਟਮ ਵਾਈਲਡ ਲਾਈਫ ਜਾਂ ਹਿਊਮਨ ਹੈਲਥ ਨੂੰ ਹਾਰਮਫੁਲ ਹੈ ਉਹਨਾਂ ਵਾਸਤੇ, ਤਾਂ ਉਹਨਾਂ ਨੂੰ ਆਪਾਂ ਘੱਟ ਕਰਨ ਵਾਸਤੇ ਹੀ ਜਿਹੜਾ ਹੈ ਇਹ ਦਿਨ ਨੂੰ ਸੈਲੀਬ੍ਰੇਟ ਕਰਦੇ ਹਾਂ, ਰਾਈਟ ਹੋ ਗਿਆ। ਸੋ ਸਟੀਵ ਫੌਸੈਟ, ਬਹੁਤ ਇੰਪੋਰਟੈਂਟ ਨਿਊਜ਼ ਹੈ, ਧਿਆਨ ਨਾਲ ਦੇਖ ਲਿਓ, ਕਿਸੇ ਵੀ ਪੇਪਰ ਲਈ ਤੁਹਾਡੀ ਇੰਪੋਰਟੈਂਟ ਬਣ ਸਕਦੀ ਹੈ, ਸਟੀਵ ਫੌਸੈਟ। ਸੋ ਸਟੀਵ ਫੌਸੈਟ ਜਿਹੜੇ ਨੇ ਉਹ ਪਹਿਲੇ ਪਰਸਨ ਬਣੇ ਨੇ, ਫਸਟ ਪਰਸਨ ਟੂ ਫਲਾਈ ਅਰਾਊਂਡ ਦਾ ਵਰਲਡ ਅਲੋਨ। ਤੋ ਪੂਰੀ ਦੁਨੀਆ ਦੇ ਵਿੱਚ ਇਕੱਲੇ ਘੁੰਮਣ ਵਾਲੇ ਪਹਿਲੇ ਪਰਸਨ ਬਣ ਗਏ ਨੇ ਜਿਹੜੇ ਇਕੱਲੇ ਹੀ ਘੁੰਮੇ ਸੀਗੇ। ਕਿਹਦੇ ਵਿੱਚ ਘੁੰਮੇ ਸੀ ਇਹ ਤੁਸੀਂ ਦੇਖਣਾ। ਹੁਣ ਇਹ ਸੀਗਾ ਜੀ ਇੱਕ ਬਲੂਨ, ਸੋ ਬਲੂਨ ਸੀਗਾ ਵੱਡਾ ਸਾਰਾ, ਸਪਿਰਿਟ ਆਫ ਫਰੀਡਮ ਬਲੂਨ ਐਜ਼ ਆ ਰੋਜ਼ਰ ਬਲੂਨ ਇਹਦਾ ਨਾਮ ਹੈ, ਅਤੇ ਜਿਹੜਾ ਕਿ ਡਿਜ਼ਾਇਨ ਕੀਤਾ ਗਿਆ ਡੋਨਲਡ ਕੈਮਰਨ ਅਤੇ ਟਿਮ ਕੋਲ ਦੁਆਰਾ, ਦੋ ਪਰਸਨਸ ਨੇ ਇਹਨੂੰ ਡਿਜ਼ਾਇਨ ਕੀਤਾ। ਇਹ ਦੋਨੋਂ ਨਾਮ ਵੀ ਇੰਪੋਰਟੈਂਟ ਹੋ ਗਏ ਤੁਹਾਡੇ ਲਈ। ਆਫਟਰ 5 ਪ੍ਰੀਵੀਅਸ ਅਟੈਂਪਟ, ਇਸ ਤੋਂ ਪਹਿਲਾਂ 5 ਅਟੈਂਪਟ ਸੀਗੇ, ਲੇਕਿਨ 3 ਜੁਲਾਈ 2024 ਨੂੰ ਕੀ ਹੋਇਆ, ਸਟੀਵ ਫੌਸੈਟ ਸਾਹਿਬ ਪਹਿਲੇ ਬੰਦੇ ਬਣ ਗਏ, ਪਹਿਲੇ ਪਰਸਨ ਬਣ ਗਏ
ਜੋ ਵਰਲਡ ਦੇ ਵਿੱਚ ਇਕੱਲੇ ਘੁੰਮੇ ਨੇ, ਠੀਕ ਹੈ, ਫਲਾਈ ਅਲੋਨ, ਰਾਈਟ। ਸੋ ਏਅਰਕ੍ਰਾਫਟ ਨਹੀਂ ਸੀਗਾ ਇਹਨਾਂ ਕੋਲ, ਕੁਛ ਵੀ ਨਹੀਂ ਸੀਗਾ, ਸਿਰਫ ਇਹਨਾਂ ਦਾ ਕੋਲ ਕੀ ਸੀਗਾ, ਸਪਿਰਿਟ ਆਫ ਫਰੀਡਮ ਬੈਲੂਨ, ਠੀਕ ਹੈ। ਸੋ ਇਹ ਤੁਹਾਨੂੰ ਦੇਖੇ ਪਤਾ ਹੀ ਹੈ ਕਿ ਨੀਚੇ ਕਰਕੇ ਇੱਦਾਂ ਅੱਗ ਜੀ ਲਗਾ ਦਿੰਦੇ ਆ ਅਤੇ ਉੱਪਰ ਇੱਕ ਬਲੂਨ ਬਣਾ ਦਿੰਦੇ ਆ, ਤਾਂ ਕੁਛ ਇਸ ਤਰੀਕੇ ਦਾ ਜਿਹੜਾ ਬਲੂਨ ਸੀਗਾ ਜਿਹਦੇ ਵਿੱਚ ਇਹਨਾਂ ਨੇ ਸਫ਼ਰ ਨੂੰ ਤੈਅ ਕੀਤਾ। ਉਹ 13 ਦਿਨ 8 ਘੰਟੇ ਤੇ 33 ਮਿੰਟ ਦਾ ਇਹਨਾਂ ਦਾ ਸਫ਼ਰ ਸੀਗਾ ਪੂਰੀ ਆਲੇ ਦੁਆਲੇ ਘੁੰਮਣ ਦਾ, ਪਰਿਕਰਮਾ ਦਾ, ਠੀਕ ਹੈ। ਨੈਕਸਟ ਗੱਲ ਕਰਦੇ ਹਾਂ, ਯੂਨਾਈਟਿਡ ਨੇਸ਼ਨ ਕਾਨਫਰੰਸ ਆਉਂਦਾ ਅਫਗਾਨਿਸਤਾਨ। ਸੋ ਅਫਗਾਨਿਸਤਾਨ ਦੇ ਵਿੱਚ ਨੈਸ਼ਨਲ ਕਾਨਫਰੰਸ ਜਿਹੜੀ ਹੈ ਯੂਨਾਈਟਿਡ ਨੇਸ਼ਨਸ ਦੀ, ਉਹ ਕੀਤੀ ਗਈ। ਇਹਦੇ ਬਾਰੇ ਚਰਚਾ ਕਰਦੇ ਹਾਂ, ਬਹੁਤ ਇੰਪੋਰਟੈਂਟ ਨਿਊਜ਼ ਹੈ, ਬਹੁਤ ਇੰਟਰਸਟਿੰਗ ਵੀ ਹੈ, ਧਿਆਨ ਨਾਲ ਸੁਣ ਲਿਓ। 30 ਜੂਨ ਨੂੰ ਅਤੇ 1 ਜੁਲਾਈ ਨੂੰ ਬੇਟਾ ਕੀ ਹੋਇਆ, ਵਰਲਡ ਨੇ ਵਿਟਨੈਸ ਕੀਤਾ ਇੰਟਰਨੈਸ਼ਨਲ ਰਿਲੇਸ਼ਨ। ਤਾਂ ਵਰਲਡ ਆਪਸ ਦੇ ਵਿੱਚ ਰਿਲੇਸ਼ਨ ਬਣਾ ਰਿਹਾ ਸੀ, ਕਾਫੀ ਕੰਟਰੀ ਜਿਵੇਂ ਕਿ 25 ਕੰਟਰੀਜ਼ ਉੱਥੇ ਪ੍ਰੈਜੈਂਟ ਸੀਗੀਆਂ। ਇਸ ਤੋਂ ਇਲਾਵਾ ਕੋਪਰੇਸ਼ਨ ਜਿਹੜੀ ਸ਼ੰਘਾਈ ਕੋਪਰੇਸ਼ਨ ਉਹਦੀ ਗੱਲ ਕਰਦੇ ਹਾਂ, ਯੂਰੋਪੀਅਨ ਯੂਨੀਅਨ, ਉਹ ਵੀ ਉੱਥੇ ਔਰਗਨਾਈਜੇਸ਼ਨ ਸ਼ਾਮਿਲ ਸੀਗੀਆਂ। ਇੰਡੀਆ ਵੱਲੋਂ ਵੀ JP ਸਿੰਘ ਜੀ ਸਾਡੇ ਗਏ ਸੀਗੇ, ਜਿਹੜੇ ਕਿ ਮਿਨਿਸਟਰ ਆਫ ਐਕਸਟਰਨਲ ਅਫੇਅਰ ਨੇ, ਉਹ ਵੀ ਉੱਥੇ ਮੌਜੂਦ ਸੀਗੇ। ਸੋ 30 ਜੂਨ ਤੋਂ ਲੈ ਕੇ 1 ਜੁਲਾਈ, ਮਤਲਬ 30 ਜੂਨ ਅਤੇ 1 ਜੁਲਾਈ ਨੂੰ ਇਹ ਹੋਇਆ, ਇਵੈਂਟ ਹੋਇਆ। ਕਿੱਥੇ ਹੋਇਆ ਇਹ ਇੰਪੋਰਟੈਂਟ ਹੈ, ਇਹ ਅਫਗਾਨਿਸਤਾਨ ਦੇ ਵਿੱਚ ਹੋਇਆ। ਹੁਣ ਅਫਗਾਨਿਸਤਾਨ ਇਹੋ ਜਿਹੀ ਜਗ੍ਹਾ ਹਾਂ ਜਿਹਦੇ 'ਤੇ ਤਾਲਿਬਾਨ ਨੇ ਆਪਣਾ ਕੰਟਰੋਲ ਬਣਾ ਰੱਖਿਆ। ਸੋ ਤਾਲਿਬਾਨ ਇਹਨੇ ਪਾਰਟੀਸਪੇਟ ਕੀਤਾ, ਤਾਲਿਬਾਨ ਨੇ, ਕਿਉਂਕਿ ਇਹਨਾਂ ਨੇ ਕੰਟਰੋਲ ਬਣਾ ਰੱਖਿਆ ਅਫਗਾਨਿਸਤਾਨ ਦੇ ਉੱਤੇ। ਕਤਰ ਦੇ ਵਿੱਚ ਇਹ ਪਲੇਸ, ਦੋਹਾ ਜੋ ਕਿ ਹੈ ਅਫਗਾਨਿਸਤਾਨ ਦੇ ਵਿੱਚ ਜਗ੍ਹਾ, ਉੱਥੇ ਇਹ ਇੰਟਰਨੈਸ਼ਨਲ ਰਿਲੇਸ਼ਨ ਦੀ ਜਿਹੜੀ ਕਾਨਫਰੰਸ ਹੈ, ਯੂਨਾਈਟਿਡ ਨੇਸ਼ਨ ਕਾਨਫਰੰਸ, ਉਹ ਹੋਈ ਹੈ, ਠੀਕ ਹੈ। ਇਹਦੇ ਵਿੱਚ 25 ਕੰਟਰੀਜ਼ ਨੇ ਪਾਰਟੀਸਪੇਟ ਕੀਤਾ। ਇਸ ਤੋਂ ਇਲਾਵਾ ਯੂਰੋਪੀਅਨ ਯੂਨੀਅਨ ਅਤੇ ਸ਼ੰਘਾਈ ਕਾਰਪੋਰੇਸ਼ਨ ਔਰਗਨਾਈਜੇਸ਼ਨ ਨੇ ਵੀ ਇਹਦੇ ਵਿੱਚ ਕੀਤਾ ਜੀ, ਪਾਰਟੀਸਪੇਸ਼ਨ ਕੀਤੀ ਹੈ, ਠੀਕ ਹੈ। ਫਰੋਮ ਤਾਲਿਬਾਨ, ਤਾਲਿਬਾਨ ਤੋਂ ਜ਼ਬੀਉੱਲਾ ਮਜ਼ਿਹਾਦ ਮੁਜ਼ਾਹਿਦ, ਠੀਕ ਹੈ, ਜ਼ਬੀਉੱਲਾ ਮੁਜ਼ਾਹਿਦ ਤਾਲਿਬਾਨ ਗਵਰਨਮੈਂਟ ਚੀਫ ਸਪੋਕਮੈਨ ਪਰਸਨ ਨੇ। ਅਤੇ ਇੰਡੀਆ ਵੱਲੋਂ ਜੇ ਆਪਾਂ ਗੱਲ ਕਰਦੇ ਹਾਂ, JP ਸਿੰਘ, ਇਹ ਤੁਹਾਡੇ ਲਈ ਇੰਪੋਰਟੈਂਟ ਹੋ ਗਏ, ਜੁਆਇੰਟ ਸੈਕਟਰੀ ਨੇ ਜਿਹੜੇ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ। ਫਰੋਮ ਯੂਨਾਈਟਿਡ ਨੇਸ਼ਨ ਤੋਂ ਕੌਣ ਸੀਗਾ ਜੀ, ਰੋਸ ਮੈਰੀ ਡੀ ਕਾਰਲੋ। ਸੋ ਰੋਸ ਮੈਰੀ ਡੀ ਕਾਰਲੋ ਯੂਨਾਈਟਿਡ ਨੇਸ਼ਨ ਤੋਂ ਜਿਹੜੇ ਅਫਸਰ ਨੇ ਉਹਦੇ ਵਿੱਚ ਮੌਜੂਦ ਸੀਗੇ ਅੰਡਰ ਸੈਕਰਟਰੀ ਜਨਰਲ ਆਫ ਫੋਰ ਪੋਲੀਟੀਕਲ ਐਂਡ ਪੀਸ ਬਿਲਡਿੰਗ ਅਫੇਅਰਸ ਦੇ ਜਿਹੜੇ ਮਿਨਿਸਟਰ ਨੇ। ਕਹਿਣ ਦਾ ਮਤਲਬ ਉੱਥੇ ਪੀਸ ਦੀ, ਸ਼ਾਂਤੀ ਦੀ ਗੱਲ ਕੀਤੀ ਗਈ, ਉੱਥੇ ਹਿਊਮਨਸ ਦੀ, ਜਾਂ ਆਪਾਂ ਕਹਿ ਲਈਏ ਕਿ ਵੂਮੈਨਸ ਦੀ ਜਾਂ ਫਿਰ ਚਿਲਡਰਨ ਦੀ ਆਪਾਂ ਰਾਈਟਸ ਦੀ ਗੱਲ ਉੱਥੇ ਕੀਤੀ ਗਈ, ਠੀਕ ਹੈ। ਬਹੁਤ ਇੰਪੋਰਟੈਂਟ ਟੌਕ ਸੀਗੀ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਅਫਗਾਨਿਸਤਾਨ ਦੇ ਵਿੱਚ ਰੀਸੈਂਟਲੀ ਹੋਈ ਹੈ, ਬੜੀ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਚੁੱਕਾ, ਠੀਕ ਹੈ। ਅੱਗੇ ਗੱਲ ਕਰਦੇ ਹਾਂ ਵਰਲਡ ਚੈਂਪੀਅਨ ਦੀ। ਜੀ ਹਾਂ, ਸਾਡੇ ਇੰਡੀਆ ਦਾ ਵਰਲਡ ਚੈਂਪੀਅਨ ਬਣ ਚੁੱਕਿਆ, ਤੁਹਾਨੂੰ ਪਤਾ ਹੈ ਕਿ T20 ਦੇ ਵਿੱਚ ਜਿੱਤ ਹਾਸਲ ਕੀਤੀ ਹੈ। ਲੇਕਿਨ BCCI ਨੇ 125 ਕਰੋੜ ਇੰਡੀਆ ਦੇ ਜਿਹੜੇ ਰੁਪੀ ਹੈ, ਕਰੰਸੀ ਹੈ ਜਿਹੜੀ ਇੰਡੀਅਨ ਨੈਸ਼ਨਲ ਕਰੰਸੀ, 125 ਕਰੋੜਸ ਨੇ ਜਿਹੜੇ ਅਵਾਰਡ ਦਿੱਤਾ ਜੀ T20 ਨੂੰ, ਲਹਿਦਾ ਵਰਲਡ ਚੈਂਪੀਅਨ ਹੋਣ 'ਤੇ ਪੁਰਸਕਾਰ ਦੇ ਤੌਰ ਦੇ ਉੱਤੇ, ਗਿਫਟ ਦੇ ਤੌਰ 'ਤੇ ਇਹਨਾਂ ਨੂੰ ਦਿੱਤਾ ਗਿਆ, ਅਵਾਰਡ ਦੇ ਤੌਰ 'ਤੇ BCCI ਨੇ ਇਹਨਾਂ ਨੂੰ ਦਿੱਤਾ। 125 ਕਰੋੜ ਜਿਹੜਾ ਹੈ BCCI ਵੱਲੋਂ ਇਹਨਾਂ ਨੂੰ ਮਿਲਿਆ ਮੈਨਜ਼ T20 ਵਰਲਡ ਕੱਪ ਜਿੱਤਣ ਦੇ ਉੱਤੇ, ਠੀਕ ਹੈ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ, 2011 ਦੇ ਵਿੱਚ ਵੀ ODI ਵਰਲਡ ਕੱਪ ਜਿੱਤਿਆ ਸੀ ਇਹਨਾਂ ਨੇ, ਲੇਕਿਨ ਕੀ ਹੈ ਉਸ ਨਾਲੋਂ ਹੁਣ ਇਹ ਜਿਹੜੀ ਰਾਸ਼ੀ ਹੈ ਉਹ ਕਮ ਸੇ ਕਮ, ਮਤਲਬ ਲਗਭਗ 3 ਗੁਣਾ ਤੋਂ ਥੋੜ੍ਹੀ ਜਿਹੀ ਜ਼ਿਆਦਾ ਹੈ, 3 ਗੁਣਾ ਦੇ ਲਗਭਗ ਹੈ, ਠੀਕ ਹੈ। ਇੰਪੋਰਟੈਂਟ ਟੂ ਨੋਟ ਦੈਟ ਸ਼ੋ ਰੋਹਿਤ ਸ਼ਰਮਾ ਨੇ ਇਸ ਨੂੰ ਲੀਡ ਕੀਤਾ, ਅਤੇ ਸਾਊਥ ਅਫਰੀਕਾ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ, ਇਹ ਥ੍ਰਿਲਿੰਗ 7 ਰਨ ਵਿਨ, ਮਤਲਬ 70 ਰਨਾਂ ਨਾਲ ਉਹ ਜਿੱਤੇ ਆ ਜੀ। 29 ਜੂਨ ਨੂੰ ਇਹ ਮੈਚ ਹੋਇਆ ਸੀ, ਅਤੇ T20 ਦੇ ਵਰਲਡ ਚੈਂਪੀਅਨ ਬਣ ਚੁੱਕੀ ਹੈ ਸਾਡੀ ਟੀਮ ਇੰਡੀਆ। 125 ਕਰੋੜ ਤੁਸੀਂ ਯਾਦ ਰੱਖਣਾ, ਅਤੇ BCCI ਦਾ ਤੁਸੀਂ ਹੈੱਡਕੁਆਟਰ ਹੈ ਜਿਹੜਾ, ਕਮੈਂਟ ਸੈਕਸ਼ਨ ਜ਼ਰੂਰ ਦੱਸਣਾ, ਅਤੇ ਥੈਂਕ ਯੂ। ਅਤੇ ਅੱਗੇ ਗੱਲ ਕਰਦੇ ਹਾਂ ਜਪਾਨ ਇੰਟਰੋਡਿਊਸ। ਸੋ ਜਪਾਨ ਨੇ ਹੋਲੋਗ੍ਰਾਫਿਕ ਟੈਕਨੋਲੋਜੀ ਨਾਲ ਇੰਟਰੋਡਿਊਸ ਕੀਤੇ ਨੇ ਨਵੇਂ ਬੈਂਕ ਰੋਡ। ਸੋ ਤੁਹਾਡੇ ਸਾਹਮਣੇ ਦਿਖ ਰਹੇ ਨੇ 5,000 ਦਾ, 10,000 ਦਾ, 1,000 ਦਾ,
ਬੈਂਕ ਰੋਡ ਦਿਖ ਰਿਹਾ, ਠੀਕ ਹੈ। ਸੋ ਇਹ ਕਰੰਸੀ ਦੇ ਸਾਹਮਣੇ ਨਾ ਇੱਦਾਂ ਦਾ ਸਾਈਨ ਲੱਗਦਾ, ਸ਼ਾਇਦ ਮੈਂ ਅੱਗੇ ਦਿਖਾਊਂਗਾ ਤੁਹਾਨੂੰ, ਯੇਨ ਬੋਲਦੇ ਆ ਉਹਨੂੰ। ਸੋ ਯੇਨ, ਠੀਕ ਹੈ, ਜਿਵੇਂ ਆਪਣੇ ਇੰਡੀਆ ਰੂਪੀ ਦੇ ਇੱਦਾਂ ਲੱਗਦਾ ਨਾ, ਇੰਡੀਆ ਰੂਪੀ ਦਾ ਕੁਛ ਇਸ ਤਰੀਕੇ ਨਾਲ, ਠੀਕ ਹੈ, ਇਸ ਤਰੀਕੇ ਨਾਲ, ਸੋਰੀ, ਤਾਂ ਉੱਥੇ ਕੀ ਲੱਗਦਾ ਜੀ, ਇੱਦਾਂ ਕਰਕੇ ਇੱਦਾਂ ਲੱਗਦਾ, ਠੀਕ ਹੈ। ਆਹ ਦਿਖ ਰਿਹਾ ਤੁਹਾਨੂੰ 1000 ਦਾ ਨੋਟ, 10000 ਦੇ ਨੋਟ ਅਤੇ 5000 ਦੇ ਨੋਟ ਦੇ ਵਿੱਚ ਡਿਜ਼ਾਈਨ ਦੇ ਵਿੱਚ ਚੇਂਜ ਕੀਤਾ। ਨਿਊ ਸੀਰੀਜ਼ ਸਟਾਰਟ ਕੀਤੀ ਹੈ ਜਾਪਾਨ ਨੇ, ਨਵੀਂ ਟੈਕਨੋਲੋਜੀ ਦੇ ਨਾਲ ਸਟਾਰਟ ਕੀਤੀ ਹੈ, 53 ਡਿਫਰੈਂਟ ਡਿਜ਼ਾਈਨ ਬਣਾਏ ਨੇ, ਠੀਕ ਹੈ, ਇਹ ਤੁਸੀਂ ਧਿਆਨ ਰੱਖਣਾ। ਅਤੇ 85 ਤੋਂ ਲੈ ਕੇ ਹੁਣ ਤੱਕ ਇਹ ਐਡਵਾਂਸ ਹੋਲੋਗ੍ਰਾਫੀ ਦੇ ਨਾਲ ਕਹਿੰਦਾ ਜੀ, ਕਲੇਮ ਕਰਦਾ ਜਾਪਾਨ, ਕਹਿੰਦਾ ਕਿ ਸਾਡੀ ਇਕੱਲੀ ਕੰਟਰੀ ਨੇ ਸਟਾਰਟ ਕੀਤੀ ਹੈ ਜੀ ਇਸ ਚੀਜ਼ ਦੀ, ਠੀਕ ਹੈ। ਨੈਕਸਟ ਕੁਸ਼ਚਨ 'ਤੇ ਚੱਲਦੇ ਹਾਂ ਜੀ, NTR NTR ਭਰੋਸਾ ਪੈਨਸ਼ਨ ਸਕੀਮ। ਸੋ ਭਰੋਸਾ ਪੈਨਸ਼ਨ ਸਕੀਮਸ ਕੀ ਹੈ ਕਿ ਜਿਹੜੇ ਵੀ ਲੋੜਵੰਦ ਨੇ ਉਹਨਾਂ ਨੂੰ ਸਕੀਮ ਹੈ ਜਿਹੜੀ, ਉਹਦਾ ਫਾਇਦਾ ਮਿਲਣਾ ਸਟਾਰਟ ਹੋ ਚੁੱਕਾ ਹੈ, ਲਾਂਚ ਦਾ ਡੇਨ ਆ ਚੁੱਕਾ ਹੈ। ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਕਰਕੇ ਦਿਖਾਇਆ ਕਿ ਕਿਉਂ ਉਹਨਾਂ ਨੇ ਵਾਅਦਾ ਕੀਤਾ ਸੀ ਜਨਤਾ ਨੂੰ ਕਿ ਅਸੀਂ ਜਿੱਤਣ ਤੋਂ ਬਾਅਦ ਆਹ ਕੰਮ ਕਰਾਂਗੇ, ਸੋ ਉਹ ਹੁਣ ਜਿੱਤਣ ਤੋਂ ਬਾਅਦ ਆਹ ਕੰਮ ਕਰ ਰਹੇ ਨੇ। ਭਰੋਸਾ ਪੈਨਸ਼ਨ ਸਕੀਮ ਹੈ ਜਿਹੜੀ, ਜਿਹੜੇ ਕਿ ਵਨਰੇਬਲ ਗਰੁੱਪਸ ਨੇ ਕੁਛ, ਜਿਹੜੇ ਲੋਕ ਫਾਈਨੈਂਸ਼ੀਅਲੀ ਜਿਹਨਾਂ ਨੂੰ ਸਪੋਰਟ ਦੀ ਜ਼ਰੂਰਤ ਹੈ, ਉਹਨਾਂ ਨੂੰ ਉਹ ਪੈਸਾ ਦਿੱਤਾ ਜਾਊਗਾ। ਇੱਕ ਸਕੀਮ ਹੈ ਜਿਹੜੀ ਭਰੋਸਾ ਪੈਨਸ਼ਨ ਸਕੀਮ, ਉਹ ਸਟਾਰਟ ਕਰ ਚੁੱਕੀ ਹੈ, ਠੀਕ ਹੈ। ਲਾਂਚ ਕਦੋਂ ਹੋਈ ਹੈ, 6 ਵਜੇ ਸਵੇਰੇ ਹੋਈ ਹੈ, 1 ਜੁਲਾਈ 2024 ਨੂੰ। ਫਸਟ ਪੈਨਸ਼ਨ ਹੈ ਜਿਹੜੀ ਉਹ ਪੈਨੂਮਾਕਾ ਵਿਲੇਜ, ਜੋ ਕਿ ਅਮਰਾਵਤੀ ਦੇ ਵਿੱਚ ਲੋਕੇਟਡ ਹੈ, ਤੇਡਪਾਲੀ ਬਲੋਕ, ਉੱਥੇ ਉਹ ਲੋਕੇਟਡ ਹੈ, ਅਤੇ ਉੱਥੇ ਉਹਨਾਂ ਨੂੰ ਉਹ ਪੈਨਸ਼ਨ ਦਾ ਪਹਿਲਾ ਜਿਹੜਾ ਇੰਸਟਾਲਮੈਂਟ ਉਹ ਦਿੱਤੀ ਗਈ ਹੈ। ਕਾਫੀ ਸਾਰੇ ਲੋਕਾਂ ਨੂੰ ਇਹਦਾ ਫਾਇਦਾ ਹੋਊਗਾ। ਅਤੇ ਇੰਪੋਰਟੈਂਟ ਸੀਗੀ, ਆਂਧਰਾ ਪ੍ਰਦੇਸ਼ ਦੇ ਸੀਐਮ ਦਾ ਨਾਮ ਤੁਹਾਨੂੰ ਮੈਂ ਦੱਸਤਾ, ਚੰਦਰ ਬਾਬੂ ਨਾਇਡੂ, ਰਾਈਟ ਹੋ ਗਿਆ। ਅਤੇ ਅਮਰਾਵਤੀ ਵੀ ਤੁਹਾਨੂੰ ਪਤਾ ਲੱਗ ਗਿਆ ਕੈਪੀਟਲ, ਠੀਕ ਹੈ। ਅੱਗੇ ਆ ਕੇ ਗੂਗਲ ਨੇ, ਇੰਜੀਨੀਅਰ ਨੇ ਕ੍ਰੀਏਟ ਕੀਤੀ ਆ ਵਰਲਡ ਦੀ ਫਸਟ AI ਡਰੈਸ। ਸੋ ਪਹਿਲੀ AI ਡਰੈਸ, ਜਿਹੜੇ ਆ ਤੁਹਾਡੇ ਸੱਪ ਬਣੇ ਦਿਖ ਰਹੇ ਨੇ ਨਾ, ਇਹ ਮੂਵ ਹੁੰਦੇ ਨੇ, ਠੀਕ ਹੈ। ਸੋ ਇਹ AI ਦੀ ਪਹਿਲੀ ਬਣੀ ਡਰੈਸ ਹੈ, AI ਦੁਆਰਾ ਬਣਾਈ ਗਈ ਹੈ, ਰੋਬੋਟਿਕ ਸਨੇਕਸ, ਠੀਕ ਹੈ। ਸੋ ਵਰਲਡ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ, ਗੂਗਲ ਦੇ ਇੰਜੀਨੀਅਰ ਦਾ ਨਾਮ ਕੀ ਹੈ, ਕ੍ਰਿਸਟੀਨਾ ਅਰਨਸਟ, ਕ੍ਰਿਸਟੀਨਾ ਅਰਨਸਟ। ਦੇਖੋ ਜੀ, ਆਪਾਂ ਕਹਿੰਦੇ ਹਾਂ ਜੀ ਆਪਾਂ ਸੂਟ ਡਿਜ਼ਾਇਨਿੰਗ ਕਰਨੀ ਆ, ਆਪਾਂ ਐਂ ਕਰਨੀ ਆ, ਲੇਕਿਨ ਉਹ ਕੀ ਕਰਨੇ, ਰੋਬੋਟਿਕਸ ਦੇ ਨਾਲ AI ਦਾ ਯੂਜ਼ ਕਰਕੇ, AI ਦਾ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ, AI ਦਾ ਯੂਜ਼ ਕਰਕੇ ਹੁਣ ਇੱਕ ਕੀ ਬਣਾਈ ਗਈ ਹੈ, ਇੱਕ ਲਾਈਕ ਇੱਕ ਡਰੈਸ ਬਣਾਈ ਗਈ ਹੈ ਵਿਸ਼ੇਸ਼ ਤਰੀਕੇ ਦੀ, ਜਿਵੇਂ ਮੈਡੋਸਾ ਨਹੀਂ ਹੁੰਦਾ, ਮੈਡੋਸਾ ਡਰੈਸ, ਮੈਡੋਸਾ ਤੁਸੀਂ ਦੇਖਿਆ ਹੋਣਾ, ਇੱਕ ਲੜਕੀ ਹੁੰਦੀ ਹੈ, ਉਹਦੇ ਸਿਰਾਂ ਦੇ ਵਾਲ ਉਹ ਹੁੰਦੇ ਨੇ, ਵਾਲ ਦੀ ਜਗ੍ਹਾ ਸੱਪ ਹੁੰਦੇ ਨੇ, ਤਾਂ ਮੈਡੋਸਾ ਦੀ ਇੱਕ ਪਿਕਚਰ ਹੈ, ਤਾਂ ਉਹਦੀ ਡਬਿੰਗ ਕਰਕੇ ਇੱਕ AI ਨੇ ਕੀ ਬਣਾਤੀ, ਇੱਕ AI ਦੀ ਸਹਾਇਤਾ ਨਾਲ ਇਸ ਇੰਜੀਨੀਅਰ ਨੇ, ਕ੍ਰਿਸਟੀਨਾ ਅਰਨਸਟ ਨੇ ਕੀ ਬਣਾਇਆ ਜੀ, ਇਹਨੇ ਬਣਾਇਆ ਜੀ ਇੱਕ ਡਰੈਸ, ਠੀਕ ਹੈ। ਸੋ ਇੰਪੋਰਟੈਂਟ ਹੈ ਤੁਹਾਡੇ ਸਾਰਿਆਂ ਵਾਸਤੇ, ਗੂਗਲ ਦੇ ਇੰਜੀਨੀਅਰ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ, AI ਡਰੈਸ ਦਾ ਨਾਮ ਰੋਬੋਟਿਕ ਸਨੇਕਸ, ਠੀਕ ਹੈ। ਤਾਂ ਇੰਪੋਰਟੈਂਟ ਹੈ ਗਰਲਸ ਦੇ ਵਿੱਚ ਇਨੋਵੇਟਿਵ ਆਈਡੀਆਜ਼ ਜਾਂ ਕ੍ਰੀਏਸ਼ਨਸ ਨੇ, ਉਹ ਲਿਆਉਣ ਦਾ ਮਕਸਦ ਇਹਨਾਂ ਦਾ ਪੂਰਾ ਹੋ ਜੂਗਾ ਅਰਨਸਟ ਦਾ, ਠੀਕ ਹੈ। ਲਾਸਟ ਦੇ ਉੱਤੇ ਗੱਲ ਕਰਦੇ ਹਾਂ ਮਲਟੀਪਲ ਚੋਇਸ ਕੁਸ਼ਚਨ। ਸੋ ਮਲਟੀਪਲ ਚੋਇਸ ਕੁਸ਼ਚਨ ਦੇ ਵਿੱਚ ਪਹਿਲਾ ਕੁਸ਼ਚਨ ਆ ਗਿਆ, ਭਾਰਤੀ ਫੌਜ ਨੇ ਹਾਲ ਹੀ ਵਿੱਚ ਕਿਸ ਦੇਸ਼ ਦੀ ਫੌਜ ਨਾਲ ਸੰਯੁਕਤ ਫੌਜੀ ਅਭਿਆਸ ਮੈਤਰੀ ਸਟਾਰਟ ਕੀਤਾ ਹੈ। ਸੋ ਮੈਤਰੀ ਬਹੁਤ ਇੰਪੋਰਟੈਂਟ ਹੈ। ਸੋ ਮੈਤਰੀ ਜਿਹੜੀ ਹੈ ਇੰਡੀਅਨ ਆਰਮੀ ਦੁਆਰਾ ਮਿਲਟਰੀ ਐਕਸਰਸਾਈਜ਼ ਸਟਾਰਟ ਕੀਤੀ ਗਈ ਹੈ, ਕਿਹੜੇ ਦੇਸ਼ ਦੀ ਆਰਮੀ ਦੇ ਨਾਲ ਸਟਾਰਟ ਕੀਤੀ ਹੈ? ਸੋ ਆਂਸਰ ਆਜੂਗਾ ਸੀ, ਥਾਈਲੈਂਡ। ਥਾਈਲੈਂਡ ਦੇ ਨਾਲ, ਉਹ ਕੰਟਰੀ ਨਾਲ ਮੈਤਰੀ ਐਕਸਰਸਾਈਜ਼ ਸਟਾਰਟ ਕਰਨ ਵਾਲੀ ਇੰਡੀਆ ਬਣੀ ਹੈ, ਅਤੇ 1 ਤੋਂ 15 ਜੁਲਾਈ ਤੱਕ ਇਹ ਹੋਣ ਵਾਲੀ ਹੈ। 2006 ਦੇ ਵਿੱਚ ਇਹ ਸਟਾਰਟ ਕੀਤੀ ਗਈ ਸੀਗੀ, ਅਤੇ ਇਹਦੇ ਨਾਲ ਮੇਨ ਮਕਸਦ ਇਹਦਾ ਕੀ ਹੁੰਦਾ, ਡਰਿਲਸ ਕਰਨੀਆਂ, ਫਿਜ਼ਨਸ ਫਿਜ਼ੀਕਲ ਫਿਟਨੈਸ ਕਰਨੀਆਂ, ਜੁਆਇੰਟ ਪਲਾਨਿੰਗ ਕਰਨਾ, ਇਨਵਾਇਰਮੈਂਟ ਨੂੰ ਬਚਾਉਣਾ, ਤਾਂ ਇਹੋ ਜਿਹੀਆਂ ਚੀਜ਼ਾਂ ਇੱਥੇ ਕੀ ਕਰੀ ਜਾਂਦੀਆਂ ਨੇ, ਕਾਊਂਟਰ ਟੈਰਰਿਜ਼ਮ ਕਰਨਾ, ਤਾਂ ਇਹ ਓਪਰੇਸ਼ਨਸ ਨੇ ਜਿਹੜੇ ਉੱਥੇ ਸਟਾਰਟ ਕਰੇ ਜਾਂਦੇ ਨੇ, ਜਿਵੇਂ ਜੰਗਲ 'ਚ ਹੋ ਗਿਆ, ਅਰਬਨ ਏਰੀਆਜ਼ 'ਚ ਹੋ ਗਿਆ, ਤਾਂ ਇਨਸਰਜੈਂਸੀ ਜਦੋਂ ਆ ਜਾਵੇ ਤਾਂ ਅਸੀਂ ਕੱਲ੍ਹ ਨੂੰ ਕਿਵੇਂ ਕਰਨਾ, ਤਾਂ ਇੱਕ ਸਿਰਫ ਇੱਕ ਅਭਿਆਸ ਯੁੱਧ ਹੁੰਦਾ ਜਿਹੜਾ ਇਹ ਲੋਕ ਕਰਦੇ ਨੇ, ਠੀਕ ਹੈ। ਸੋ ਇੰਪੋਰਟੈਂਟ ਹੈ ਇੰਡੀਅਨ ਆਰਮੀ ਦੇ ਨਾਲ, ਥਾਈਲੈਂਡ ਦੀ ਆਰਮੀ ਦਾ ਨਾਮ ਇੰਪੋਰਟੈਂਟ ਹੋ ਗਿਆ, ਠੀਕ ਹੈ। ਤਾਂ ਫੋਰਟ ਕਿਹੜਾ ਜੀ, ਉੱਥੇ ਫੋਰਟ ਹੈਗਾ ਵਾਚੀਰਾ ਪ੍ਰਕਨ, ਠੀਕ ਹੈ।
ਰਾਸਟ ਨੈਕਸਟ ਕੁਸ਼ਚਨ ਆ ਗਿਆ ਰੀਸੈਂਟਲੀ ਵਿਚ ਔਰਗਨਾਈਜੇਸ਼ਨ ਹੈਜ਼ ਅਪਰੂਵਡ 1.5 ਬਿਲੀਅਨ ਲੋਨ। ਠੀਕ ਹੈ, ਇਹ ਇੰਡੀਆ ਦੀ ਗ੍ਰੀਨ ਹਾਈਡਰੋਜਨ ਇਨੀਸ਼ੀਏਟਿਵ ਵਾਸਤੇ ਕਿਹੜੀ ਔਰਗਨਾਈਜੇਸ਼ਨ ਨੇ ਇੰਡੀਆ ਨੂੰ 1.5 ਬਿਲੀਅਨ ਲੋਨ ਜਿਹੜਾ ਹੈ ਉਹ ਪ੍ਰੋਵਾਈਡ ਕੀਤਾ? ਤਾਂ ਇਹਦਾ ਆਂਸਰ ਆ ਜੂਗਾ ਵਰਲਡ ਬੈਂਕ। ਵਰਲਡ ਬੈਂਕ ਨੇ ਇਹ ਕਿਹਾ ਕਿ ਤੁਸੀਂ ਆਪਣੀ ਜਿਹੜੀ ਇੰਡੀਆ ਜੀ, ਤੁਸੀਂ ਆਪਣੀ ਜਿਹੜੀ ਕਾਰਬਨ એનર્ਜੀ ਹੈ ਉਹਨੂੰ ਘਟਾਉਣ ਵਾਸਤੇ ਸਾਡੇ ਤੋਂ ਲੋਨ ਲੈ ਲਓ 1.5 ਬਿਲੀਅਨ ਦਾ। ਉਹ ਮੀਨ ਤੁਸੀਂ ਉਹਨਾਂ ਨੇ ਲਿਆ। ਠੀਕ ਹੈ, ਸੋ ਹਾਈਡਰੋਜਨ ਮਿਸ਼ਨ એનર્ਜੀ ਗੋਲਸ ਨੂੰ ਧਿਆਨ 'ਚ ਰੱਖਦੇ ਹੋਏ 500 ਗੀਗਾਵਾਟ ਜਿਹੜੀ ਰਿਨਿਊਏਬਲ એનર્ਜੀ ਹੈ ਜਿਹੜੀ ਉਹ ਆਪਾਂ ਕ੍ਰੀਏਟ ਕਰਨੀ ਆ 2030 ਤੱਕ, ਅਤੇ 0 ਐਮਿਸ਼ਨ ਹੈ ਜਿਹੜੀ ਉਹ ਆਪਾਂ 2070 ਤੱਕ ਕਰਨੀ ਹੈ। ਇਹ ਬਹੁਤ ਇੰਪੋਰਟੈਂਟ ਕੁਸ਼ਚਨ ਤੁਹਾਡਾ ਬਣ ਸਕਦਾ ਹੈ। 2030 ਤੱਕ 500 ਗੀਗਾਵਾਟ ਅਤੇ ਨੈੱਟ 0 ਐਮਿਸ਼ਨ ਹੈ ਜਿਹੜੀ 2070 ਤੱਕ ਕਰਨ ਦਾ ਜਿਹੜਾ ਗੋਲ ਹੈ ਸੈੱਟ ਕੀਤਾ ਹੋਇਆ ਉਹ ਪੂਰਾ ਕਰਨ ਵਾਸਤੇ 1.5 ਬਿਲੀਅਨ ਦਾ ਲੋਨ ਲਿੱਤਾ ਗਿਆ ਇੰਡੀਆ ਦੇ ਦੁਆਰਾ ਵਰਲਡ ਬੈਂਕ ਤੋਂ। ਠੀਕ ਹੈ, ਸੋ ਕੁਸ਼ਚਨ ਉਹਦਾ ਡੇ ਹੋ ਗਿਆ ਕਿਹੜੀ ਕੰਟਰੀ ਜਿਹੜੀ ਪਹਿਲੀ ਕੰਟਰੀ ਬਣੀ ਹੈ ਜਿਹਨੇ ਪੂਰੇ ਦੇ ਪੂਰੇ ਫਿਓਨਾ ਜਿਵੇਂ ਕਿ ਜੀਵ ਜੰਤੂਆਂ ਦੀ ਜਿਹੜੀ ਲਿਸਟ ਹੈ ਉਹ ਜਾਰੀ ਕੀਤੀ ਹੈ, ਪ੍ਰਿਪੇਅਰ ਕੀਤੀ ਹੈ ਉਸ ਚੈੱਕਲਿਸਟ, ਤਾਂ ਉਹ ਤੁਸੀਂ ਕੰਟਰੀ ਦਾ ਨਾਮ ਦੱਸਣਾ ਅਤੇ ਕਿੰਨੀਆਂ ਸਪੀਸੀਜ਼ ਦੀ ਜਿਹੜੀ ਹੈ ਸੂਚੀ ਹੈ ਉਹ ਜਾਰੀ ਕੀਤੀ ਗਈ ਹੈ, ਤਾਂ ਉਹ ਕਿਹੜਾ ਦੇਸ਼ ਹੈ ਪਹਿਲਾਂ ਇਹ ਦੱਸਣਾ, ਅਤੇ ਕਿੰਨੇ ਸਪੀਸੀਜ਼ ਨੇ ਇਹ ਵੀ ਤੁਸੀਂ ਦੱਸਣਾ। ਤਾਂ ਇੰਪੋਰਟੈਂਟ ਲੱਗਿਆ, ਅੱਛਾ ਲੱਗਿਆ ਤੁਹਾਨੂੰ ਪੁਆਇੰਟਸ, ਤਾਂ ਜ਼ਰੂਰ ਲਾਈਕ ਕਰ ਦਿਓ ਸਾਡੀ ਵੀਡੀਓ ਨੂੰ ਅਤੇ ਸ਼ੇਅਰ ਕਰ ਦਿਓ, ਅਤੇ ਪਹਿਲੀ ਵਾਰ ਅਗਰ ਚੈਨਲ 'ਤੇ ਆਉਂ ਤਾਂ ਚੈਨਲ ਕਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੋ ਥੈਂਕ ਯੂ ਸੋ ਮਚ ਗਾਇਜ਼, ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓਜ਼, ਬਾਏ ਬਾਏ, ਟੇਕ ਕੇਅਰ, ਥੈਂਕ ਯੂ ਸੋ ਮਚ।